ਪੁਰਾਣੀਆਂ ਬੀਬੀਆਂ ਬਣਾਇਆ ਕਰਦੀਆਂ ਸੀਗੀਆਂ, ਆਪ ਹੀ ਭੁੰਨਿਆ ਕਰਦੀਆਂ ਸੀ ਸਿੱਤੇ 'ਚ, ਅਤੇ ਛੋਲੇ ਵਗੈਰਾ ਕਣਕ ਵਗੈਰਾ ਇਹਦੇ ਵਿੱਚ ਭੁੰਨਿਆ ਕਰਦੇ ਸੀ। ਅਤੇ ਉਹੀ ਅੱਜ ਸਾਡੀ ਮਨਕੀਰਤ ਕੌਰ ਵਾਸਤੇ ਵੱਡੇ ਮੰਮਾ ਬਣਾਉਣ ਲੱਗਿਆ। ਅਤੇ ਕੀ ਬਣਾਉਂਦੇ ਬੰਦੇ? ਛੋਲੇ। ਛੋਲੇ ਭੁੰਨ ਕੇ ਦਿਖਾਉਣਗੇ। ਅਤੇ ਕੜਾਹੀ ਦੇ ਵਿੱਚ ਕੱਕਾ ਰੇਤਾ, ਟਿੱਬੇ ਦਾ ਦੇਖ ਲੂ ਰੇਤਾ ਜਿਹਨੂੰ ਕਹਿੰਦੇ ਆ, ਛਾਣ ਕੇ ਅਤੇ ਉਹ ਗਰਮ ਕਰੀ ਜਾਂਦੇ ਆ। ਵੇਖਦੇ ਕਿਵੇਂ ਬਣਦੇ ਆ, ਖਾ ਕੇ ਵੀ ਦੇਖਾਂਗੇ ਕਿਹੋ ਜਿਹੇ ਭੁੱਜਿਆ। ਲਾਲ ਹੋ ਜੂਗਾ ਬਲ ਕੇ। ਛੋਲੇ ਕਿੱਥੇ ਆ? ਕਿੱਥੇ ਛੋਲੇ? ਇਹਦੇ ਵਿੱਚ ਕੀ ਰਲਾਇਆ ਵੀ? ਅੱਛਾ, ਪਹਿਲਾਂ ਨਚਨੂਰ ਰਲਾ ਲਿਆ ਹੈ ਕੱਚੇ ਛੋਲੇ। ਠੀਕ ਆ, ਵੇਖਦੇ ਕੀ ਬਣਦਾ ਇਹਨਾਂ ਦਾ। ਹੋਰ ਕੀ ਕੀ ਬਣਾਇਆ ਜਾਂਦਾ ਮੰਮੀ 'ਚ? ਮੱਕੀ ਮੰਨੇ, ਹੱਥ ਨਾ ਮਾਰੋ ਪੁੱਤ, ਨੂਨ ਨੂਨ ਖਰਾਬ ਹੋ ਜੂਗਾ, ਅੱਡੋ ਜੀ ਨੂਨ, ਕਰਾਰੇ ਜੇ ਬਣ ਜਾਣਗੇ ਪੁੱਛ ਕੇ ਜੇ ਕਿਸੇ ਨੇ ਬਣਾਉਣੇ ਹੋਣ ਤਾਂ ਕਰੇ, ਹੈ ਨਾ। ਪੇਂਡੂ ਪੇਂਡੂ ਸਟਾਈਲ ਕਹਿੰਦੇ ਪਿੰਡਾਂ 'ਚ। ਜਸਕਰਨ ਸਿੰਘ ਨੂੰ ਪੁੱਛੋ, ਖਾਧੇ ਕਦੇ ਦੱਸੋ ਕਿਉਂ? ਇਹ ਮੇਰੇ ਚਾਚਾ ਜੀ ਦਾ ਲੜਕਾ, ਇਹ ਕਹਿੰਦਾ ਮੈਂ ਵੀ ਖਾਣੇ ਅੱਜ ਖੜਾ ਕਰਨ ਆ ਕੇ। ਦੇਖੋ ਸਿੱਖਦੇ ਕਿਵੇਂ ਬਣਦੇ। ਲਾਲ ਹੋ ਗਿਆ ਸੀ ਰੇਤਾ ਜਮਾਂ ਲਾਲ, ਛੋਲੇ ਪਾ ਲਏ, ਸੇਕ ਜ਼ਿਆਦਾ ਹੋ ਗਿਆ ਮੰਮੀ ਹੈ ਨਾ। ਲਾਈ ਦੱਸ ਸਾਰਨੇ ਨਾਲ ਪੁੱਜ ਗਏ ਛੋਲੇ ਮਨ ਕੀਰਦੇ। ਅਸੀਂ ਕਾਲਜ ਮਾੜਾ ਦੇ ਪਾਣੀ ਪਾ ਕੇ ਸਿਰ ਲਾ ਸਕਦੀ ਨੇ ਸਿੱਟੀ ਜਮੀ। ਬਹੁਤ ਸਵਾਦ ਬਣਿਆ ਇਹ, ਅਤੇ ਮੰਨੇ ਕੈਂਟ ਬਣਿਆ ਵਧੀਆ ਬਣਿਆ ਕਰਾਰੇ। ਟਰਾਈ ਕਰਕੇ ਵੇਖਿਓ ਘਰੇ, ਹੈ ਨਾ, ਬਹੁਤ ਵਧੀਆ ਬਣਦੇ, ਹੈ ਨਾ। ਸਾਹਿਬਜ਼ਾਦਾ ਸੁੱਤਾ ਪਿਆ ਜੇ, ਛੋਲਿਆਂ ਦੇ ਲੁੱਤ ਲਈ ਜਾਂਦੇ ਆ। ਇਹਦੇ ਨਾਲ ਕਣਕ ਵੀ ਬੁਣੀ ਜਾਂਦੀ ਆ, ਦੇਖਾਂਗੇ ਵੀ ਉਹ ਵੀ ਕਣਕ ਦੇਖਾਂਗੇ, ਠੀਕ ਆ। ਪੁਰਾਣੀ ਕਣਕ ਗੁੜ ਪਾ ਕੇ ਖਾਈ ਜਾਂਦੀ ਆ, ਪਹਿਲਾਂ ਖਾਂਦੇ ਹੁੰਦੇ ਸੀ, ਬਹੁਤ ਸਵਾਦ ਬਣਦੀ ਆ, ਉਹ ਵੀ ਦੇਖਦੇ ਆਪਾਂ ਕਿਵੇਂ ਬਣਦੇ, ਠੀਕ ਆ। ਹੁਣ ਵਾਰੀ ਆ ਕਣਕ ਦੀ, ਕਣਕ ਭੁੰਨਣ ਦੀ। ਕਣਕ ਪੁਰਾਣੀ ਕਣਕ ਕੱਢੀ ਆ, ਨਵੀਂ ਨਹੀਂ, ਪੁਰਾਣੀ ਕਣਕ ਕੱਢ ਕੇ ਸਾਫ਼ ਕੀਤੀ ਜਾ ਰਹੀ ਹੈ। ਮੰਨੇ ਫਰੇ ਹੋ ਗਏ, ਛੋਲੇ ਤਾਂ ਭੁੰਨ ਲਏ ਉਹ ਪਏ,
गुड़ भुन गुड़ दे विच कणक साफ करके फिर भुजा। सेम उस तरह कणक भुज ली, कणक पा ली गरम रिश्ते छाल ली, पुरानी कणक अग बाल के कक्का रेता लाल रेता सी जो रेता है आम अपने पंजाब लोकल पिंडा च नहीं मिलता, ये टिब्बिया दे विच या बाले कक्के रेते दे विच जो टिब्बे होंगे उन्हां दा मिलता है। ये भी बना के पूरी तैयार करके तुम खावे बहुत लजीज डिश बनती है, पुराने लोग खाते होंगे जिन्हों के हाजमे घोड़िया वागू दुरुस्त होंगे। आसी गुड़ लिया कुट के गुड़ लिया कुट के कणक दे विच मिलावांगे भुन के, लजीज कणक दा होर ही सुज जेगी फुल गई कणक रंग वटा गई इस कणक का, इस कणक का फर्क देखो इस तरह बन जूगी भुनो ठीक है गर्म लाल रत्ती जी होगी कणक। रला दे मनकीर तो बेटी वेखी नहीं निगाह नाल भी आई कर दी सी बहुत पुरानिया बीबिया। मैं देखो इन कपड़े च पा के बन देंगे तो कपड़ा गलत ले रखे वैसे ये कपड़े च लैके बन लिया रड़ा के जे बन देंगे फिर बन के मिक्स हो जूगा बन्ने बाद इकट्ठा करके बन रल जूगा फिर देखा इन खा के हो जा बनते ते हजे होर बनी जाती है आओ बनी जाती मन कीत को तवा धर के बैठी मैं खाने आप भी खावे बन्ने बाद बन जान दे एक बार। हरकीरत सिंह उठ के आ गया ये भी देखी जाते बनी जाते तेरा दिन रेडी हो जाता रल जाएगा थोड़ी देर गुड़ पानी छड जाएगा मरुंडा मरुंडा मरुंडे नहीं बनते होंगे उ मरुंडे नालों कितने ज्यादा स्वाद। आ देखो खोले आप खोले बाद इस तरह रल गया आपी गुड़ ये गचक जी बन गई आपी आपी रल गया देखो बन गई ना कपड़े कर लिया बत्तक नहीं बनी गच्चक बनी की बनी गच्चक बनी हो गया रल के तैयार हो गया मन कीरत रेडी इधर साहबजादे की बनी जी हरकी का की बनी जाता की बनया तेरे वास्ते
ਗੱਚਕ ਗੱਚਕ ਬਣੀ ਆ ਠੀਕ ਆ ਕਣਕ ਦੀ ਗੱਚਕ ਤੇ ਆਪਾਂ ਖਾਵਾਂਗੇ ਹੈ ਮੈਨੂੰ ਖਵਾਏਗਾ ਸਾਨੂੰ ਪਾ ਦਿਓ ਬਈ बहुत ही वधिया यार वाकई मम्मा बहुत वधिया बनी यार आ गया बहुत कुछ खादा फिर एहो जी डिश नहीं खादी अचक या दोने साहबजादे बैठे देख ਚਮਚਿਆਂ ਨਾਲ ਖਾਈ ਜਾਂਦਾ ਕਿਵੇਂ ਲੱਗਿਆ ਕਿਹ ਜੀ ਬਣੀ ਅਰਕੀ ਤਾਂ ਵਧੀਆ ਬਣੀ ਲਓ ਜੀ ਰਾਤ ਦਾ ਵੇਲਾ ਹੋ ਗਿਆ ਮੇਰਾ ਹੋ ਗਿਆ ਅਰੇ ਪਿੱਛੇ ਲਾਈਟ ਹੈ ਨਹੀਂ ਰਾਤ ਦਾ ਵੇਲਾ ਹੋ ਗਿਆ ਜੀ ਲਾਈਟ ਹੈ ਨਹੀਂ ਅਤੇ ਅੱਜ ਦਾ ਵਲੋਗ ਇੱਥੇ ਸਮਾਪਤ ਸਾਡੇ ਚੈਨਲ ਨੂੰ ਜੇਕਰ ਤੁਸੀਂ ਨਵੇਂ ਆਏ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਜੀ ਉਹ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਜੀ ਉਮੀਦ ਆ ਜੋ ਤੁਸੀਂ ਸਿੱਖਿਆ ਰੈਸਿਪੀ ਨੂੰ ਟਰਾਈ ਵੀ ਕਰੋਗੇ ਅਤੇ ਸਾਨੂੰ ਦਿਓ ਇਜਾਜ਼ਤ ਬਾਏ ਕਰੋ ਬਾਏ ਕੱਲ੍ਹ ਮਿਲਾਂਗੇ ਕਦੇ ਫਿਰ ਮਿਲਾਂਗੇ ਬਾਏ ਕਰ ਦਿਓ ਪਹਿਲਾਂ ਵਾ ਫਿਰ ਮਿਲਾਂਗੇ ਕਦੇ ਓਕੇ ਬਾਏ